ਪੰਜਾਬ ਦੇ ਖਜ਼ਾਨੇ ਦੀ ਹਾਲਤ ਬੇਸ਼ੱਕ ਮੰਦੀ ਹੈ ਪਰ ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਨੂੰ ਜਰਾ ਜਿੰਨੀ ਵੀ ਫਿਕਰ ਨਜ਼ਰ ਨਹੀਂ ਆ ਰਹੀ। ਅਜਿਹਾ ਅਸੀਂ ਨਹੀਂ ਸਗੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਾਮਿਆਂ ਨੇ ਕਿਹਾ। ਦਰਅਸਲ ਮੋਹਾਲੀ ਵਿੱਚ ਸਿੱਖਿਆ ਮੰਤਰੀ ਦਾ ਇੱਕ ਨਵਾਂ ਦਫ਼ਤਰ ਤਿਆਰ ਕੀਤਾ ਜਾ ਰਿਹਾ ਹੈ। ਇਸ ਦਫ਼ਤਰ ਤੇ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਨੇ ਜਿਸ ਦਾ ਬੋਝ ਪੰਜਾਬ ਦੇ ਖਜ਼ਾਨੇ ਤੇ ਹੀ ਪਏਗਾ। ਇਹ ਮਸਲਾ ਚੁੱਕਿਆ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਆਗੂ ਨੇ ਜਿਸ ਦਾ ਕਹਿਣਾ ਹੈ ਕਿ ਜਿਹੜੀ ਪੰਜਾਬ ਸਰਕਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਭਰਪਾਈ ਕਰਨ ਤੋਂ ਵੀ ਇਨਕਾਰੀ ਹੈ ਉਸ ਵੱਲੋਂ ਇਸ ਦਫ਼ਤਰ ਤੇ ਬੇਵਜ੍ਹਾ ਹੀ ਲੱਖਾਂ ਦਾ ਖਰਚ ਕੀਤਾ ਜਾ ਰਿਹਾ ਹੈ। ਅਸੀਂ ਤਾਂ ਬਿਲਕੁਲ ਇਹਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਬੋਰਡ ਦੇ ਵਿੱਚ ਵਿੱਤੀ ਹਾਲਤ ਇੰਨੀ ਮਾੜੀ ਹੈ ਇਸ ਸਮੇਂ 'ਚ ਤਕਰੀਬਨ ਸਰਕਾਰ ਤੋਂ 300 ਕਰੋੜ ਤੋਂ ਉੱਪਰ ਦੀ ਅਮਾਊਂਟ ਸਾਡੀ ਪੈਂਡਿੰਗ 12ਵੀਂ ਤੱਕ ਦੀਆਂ ਮੁਫਤ ਸਪਲਾਈ ਕਰਾ ਲਈਆਂ ਸਰਕਾਰ ਨੇ ਅਤੇ ਸਾਨੂੰ ਕੋਈ ਪੈਸਾ ਸਰਕਾਰ ਵੱਲੋਂ ਆ ਨਹੀਂ ਰਿਹਾ। ਬੋਰਡ ਦੀ ਵਿੱਤੀ ਹਾਲਤ ਇੰਨੀ ਕੁ ਮਾੜੀ ਹੈ ਕਿ ਸਾਨੂੰ ਤਨਖਾਹਾਂ ਦੇਣ ਲਈ ਪੈਨਸ਼ਨਾਂ ਲਈ ਅਤੇ ਜਿਹੜੇ ਫੁਟਕਲ ਖਰਚੇ ਨੇ ਉਹ ਪੂਰੇ ਕਰਨ ਲਈ ਵੀ ਸਾਡੇ ਕੋਲ ਪੈਸੇ ਦੇ ਲਾਲੇ ਪਏ ਹੋਏ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਦਫ਼ਤਰ ਬਣਾਉਣਾ, ਦਫ਼ਤਰ 'ਤੇ ਲੱਖਾਂ ਰੁਪਇਆ ਖਰਚ ਕਰਨਾ, ਅਸੀਂ ਬਿਲਕੁਲ ਇਸ ਚੀਜ਼ ਨੂੰ ਵਿਰੋਧ ਕਰਾਂਗੇ। ਇਸ ਚੀਜ਼ ਨੂੰ ਚੁਣਨ 'ਚ ਇਹ ਆ ਰਿਹਾ ਵੀ ਬੋਰਡ ਕੋਲ ਪੈਸਿਆਂ ਦੀ ਕਮੀ ਬਹੁਤ ਵੱਡੇ ਪੱਧਰ 'ਤੇ ਆ ਚੁੱਕੀ ਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਜਾਈਂ ਪੈਸਾ ਖਰਚ ਕਰਨਾ ਠੀਕ ਨੇ? ਠੀਕ ਹੈ, ਸਿੱਖਿਆ ਮੰਤਰੀ ਸਾਹਿਬ ਨੂੰ ਜੇਕਰ ਦਫ਼ਤਰ ਦੀ ਲੋੜ ਸੀ ਤਾਂ ਸਾਡੀ ਨਾਲ ਦੀ ਬਿਲਡਿੰਗ ਦੇ ਵਿੱਚ ਬਹੁਤ ਵਧੀਆ ਦਫ਼ਤਰ ਬਣਿਆ ਹੋਇਆ ਮਾਨਯੋਗ ਸਿੱਖਿਆ ਮੰਤਰੀ ਦਾ। ਸਮੇਂ ਸਮੇਂ 'ਤੇ ਜਿਹੜੇ ਸਿੱਖਿਆ ਮੰਤਰੀ ਰਹੇ ਨੇ ਉੱਥੇ ਬੈਠ ਕੇ ਆਪਣਾ ਦਫ਼ਤਰੀ ਕੰਮ 'ਤੇ ਮੀਟਿੰਗ ਅਟੈਂਡ ਕਰਦੇ ਸੀ।